न कुछ जन्मे न कुछ मरे अपने चलत आप ही करे अपन चलत अपन चलत आप ही करे न कुछ जन्मे न जिथे कर के डर दी गल सी सो साहिब को किसते डर हम कहना जो अपने कार्य में आप समाया कहता हूं की समाया की देखे उतो अस ਕਹਿੰਦਾ ਨਾ ਕਿਸੇ ਜਨਮਾ ਨਾ ਕਿਸ ਮਰੇ ਇੱਥੇ ਤਾਂ ਜੰਮਦਾ ਮਰਦਾ ਨੀ ਕੁਛ ਤੁਸੀਂ ਸਾਨੂੰ ਰੋਗ ਕਾਹਦਾ ਪਾਉਂਦੇ ਹੋ ਕਿਹੜੀ ਗੱਲ ਦੀ ਭੈ ਦਿੰਦੇ ਹੋ ਮਰਨ ਦੀ ਜੰਮਦਾ ਮਰਦਾ ਤਾਂ ਕੁਛ ਹੈ ਹੀ ਨੀ ਪਬਲਿਕ ਨੂੰ ਜੰਮਣ ਬਣਦਾ ਭਰਮ ਹੋਊਗਾ ਭੁਲੇਖਾ ਹੋਊਗਾ ਗੁਰਮੁਖਾਂ ਨੂੰ ਜੰਮਣ ਬਣਦਾ ਸਿੱਖਾਂ ਨੂੰ ਗੁਰਸਿੱਖਾਂ ਦਾ ਜੰਮਣ ਬਣਦਾ ਭਰਮ ਘਟਦਾ ਜੰਮਣ ਮਰਨ ਦਾ ਜਨਮ ਮਰਨ ਦਾ ਭਰਮ ਗਿਆ ਗੁਰਸਾਖੀ ਜਾਗੀ ਅਗੋ ਦੀ ਸਿੱਖਿਆ ਦਾ ਜਾਗ ਲੱਗਿਆ ਉਹਦੀ ਸਿੱਖਿਆ ਨਾਲ ਸੁੱਤੀ ਪਈ ਜਾਗੀ ਆਤਮਾ ਜਮਣ ਬਣਦਾ ਤਾਂ ਭਰਮੇ ਸੀ ਉਹ ਤਾਂ ਇਹ ਵੀ ਕਹਿੰਦਾ ਆਤਮਾ ਮਰੇ ਮਰਦੀ ਉਹ ਨੀ ਫਿਰ ਮਰਦਾ ਕੀ ਹੈ ਮਰਦਾ ਰੂਪ ਹੈ ਰੂਪ ਕੀ ਹੁੰਦਾ ਕੁਛ ਵੀ ਨਹੀਂ ਰੂਪ ਤਾਂ ਫੋਟੋ ਹੈ ਦੋਈ ਹੋਜੂ ਮੂਲ ਰੂਪ ਚ ਮਿੱਟੀ ਨਹੀਂ ਮਰਦੀ ਪਾਣੀ ਨਹੀਂ ਮਰਦਾ ਅੱਗ ਨਹੀਂ ਮਰਦੀ ਹਵਾ ਨਹੀਂ ਮਰਦੀ ਰਾਜ ਨਹੀਂ ਮਰਦਾ ਮਾਇਆ ਤਾਂ ਮਰਦੀ ਹੋਈ ਨਾ ਮਾਇਆ ਮਰੇ ਨਾ ਰਾਮ ਮਰੇ ਮਰਦਾ ਕੀ ਹੈ ਮਰਦਾ ਕੁਛ ਵੀ ਨਹੀਂ ਰੱਖ ਲਿਆ ਨਾ ਰੱਖ ਲਿਆ ਸੀ ਮਨ ਲਿਆ ਮਨਾਓ ਤਾਂ ਸਾਡੀ ਮਰ ਜਾਂਦਾ ਨਹੀਂ ਮਰਦਾ ਕੁਛ ਨਾ ਕਿ ਜਨਮ ਨਾ ਕਿ ਸਮਰੈ ਇਹ ਹੈ ਪਿਓਰ ਗੁਰੂ ਆਪਨ ਚਲਦਾ ਆਪੇ ਹੀ ਕਰੇ ਤੇ ਚਲਦਾ ਹੈ ਆਪਨ ਜੋੜ ਦਿੰਦਾ ਸਰੀਰ ਨਾਲ ਸਰੀਰ ਬਣ ਜਾਂਦਾ ਤੋੜ ਦਿੰਦਾ ਉਹ ਫਿਰ ਉਹ ਮਿੱਟੀ ਮੁੱਟੀ ਅੱਡ ਅੱਡ ਪਵਨਾ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਹੈ ਫਿਰ ਹੋ ਜਾ ਕੁਛ ਹੋ ਜਾਂਦਾ ਇਹ ਚਲਦਾ ਹੈ ਤਾਂ ਖੜਾ ਕਰਤਾ ਆਦਮੀ ਤੁਰਦਾ ਫਿਰਦਾ ਮਿੱਟੀ ਦੀ ਮੂਰਤੀ ਹੈ ਚਲਦੀ ਫਿਰਦੀ ਹੈ ਗੱਲਾਂ ਕਰਦੀ ਹੈ ਜਾ ਉਹ ਵਿੱਚੋਂ ਕੱਢ ਲਿਆ ਜਾ ਕੁਛ ਵੀ ਨਹੀਂ ਫਿਰ ਹੋਈ ਚਲਦਾ ਹੈ ਇਹੋ ਜਿਹੀ ਤੁਰਦੀ ਫਿਰਦੀ ਚੀਜ਼ ਬਣਾ ਦੇਣੀ ਬਹੁਤ ਚਲ ਚਲਦਾ ਇਹ ਹੈ ਚਲਦਾ ਇਹ ਕਰਤੇ ਪੁਰਖ ਆਪਣ ਚਲਦਾ ਆਪ ਹੀ ਕਰੈ ਆਪਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪਣੇ ਚਾਹਣਾ ਦ੍ਰਿਸ਼ਟਾਂ ਦ੍ਰਿਸ਼ਟ ਆਪਣੇ ਚਾਹਣ ਜਿਹੜਾ ਆਪਾਂ ਨੂੰ ਲੱਗਦਾ ਦ੍ਰਿਸ਼ਟਾਂ ਦ੍ਰਿਸ਼ਟ ਹੁੰਦਾ ਹੈ ਆਪਣੇ ਜਾਣੀ ਨਾ ਕਦੇ ਜਾਂਦਾ ਨਾ ਆਉਂਦਾ ਜਾਦੀ ਦਾ ਨੀ ਸਾਨੂੰ ਸਰੀਰ ਚੋਂ ਨਿਕਲਿਆ ਹੋਇਆ ਜੀਵ ਅਸੀਂ ਕਹਿੰਦੇ ਚਲਿਆ ਗਿਆ ਉਹ ਗਿਆ ਹੋਇਆ ਨੀ ਕਿਤੇ ਚਾਹੇ ਕੋਲੇ ਖੜਾ ਹੋਵੇ ਸਾਡੇ ਸਾਨੂੰ ਕਿਹੜਾ ਦੀਂਦਾ ਮਹਿਸੂਸ ਨਹੀਂ ਹੁੰਦਾ ਦ੍ਰਿਸ਼ਟਾਂ ਦ੍ਰਿਸ਼ਟ ਹੁੰਦਾ ਹੁਣ ਸਾਨੂੰ ਪਤਾ ਹੁੰਦਾ ਸਰੀਰ ਚ ਹੈਗਾ ਇਹਦਾ ਤਾਂ ਸਰੀਰ ਚ ਵੀ ਨਹੀਂ ਹੈ ਪਰ ਅਸੀਂ ਮੰਨਦੇ ਹਾਂ ਵੀ ਚਲੋ ਚਾਹੇ ਸਰੀਰ ਚ ਨਹੀਂ ਰਹਿੰਦਾ ਸਰੀਰ ਦੀ ਹੱਥ ਤੋਂ ਸਾਨੂੰ ਪਤਾ ਲੱਗਦਾ ਹੁਣ ਹੈ ਫਿਰ ਅਸੀਂ ਆਦ੍ਰਿਸ਼ ਮੰਨ ਲੈਂਦੇ ਹਾਂ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਇਹ ਸਾਰੀ ਸ੍ਰਿਸ਼ਟੀ ਹੁਕਮ ਦੇ ਵਿੱਚ ਹੈ ਹੁਕਮ ਦੇ ਨਾਲ ਇਹ ਆਗਿਆ ਨਾਲ ਇਹ ਜੰਮਣ ਵਾਲਾ ਸਰੀਰ ਨਾਲ ਜੁੜ ਗਿਆ ਸਰੀਰ ਤੋਂ ਛੁੱਟ ਗਿਆ ਮਾਇਆ ਤੋਂ ਅੱਡ ਹੋ ਗਿਆ ਮਾਇਆ ਨਾਲ ਜੁੜ ਗਿਆ ਇਹ ਹੁਕਮ ਨਹੀਂ ਖੇਡਦਾ ਸਰ ਆਗਿਆਕਾਰੀ ਆਗਿਆ ਨਾਲ ਹੁੰਦੀ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਹੀ ਪੂਰੇ 84 ਲੱਖ ਜੂਨ ਚ ਹੀ ਹਾਂ ਕਲਾ ਖੇਡ 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 ਬਤਾ ਆਪੇ ਆਪ ਸਗਲ ਮੈਂ ਆਪ ਅਨੇਕ ਜੁਗਤ ਰਚ ਥਾਪ ਰਚੀ ਥਾਪ ਉਤਾ ਆਪੇ ਆਪ ਸਕਲ ਮੈਂ ਆਪ ਸਾਰਿਆਂ ਦੇ ਵਿੱਚ ਆਪੇ ਹੋ ਕੋਈ ਬ੍ਰਹਮਾ ਸਾਰਿਆਂ ਚ ਸਕਲ ਮੈਂ ਆਪ ਹੁਕਮ ਸਾਰਿਆਂ ਦੇ ਵਿੱਚ ਚਲੋ ਆਪਾਂ ਹੁਕਮ ਲੈ ਆਪੇ ਆਪ ਸਕਲ ਮੈਂ ਆਪ ਅਨੇਕ ਜੁਗਤੀ ਰਚੀ ਆ ਥਾਪ ਉਤਾ ਹੁਕਮ ਸਾਰਿਆਂ ਦੇ ਵਰਤਦਾ ਹੁਕਮ ਹੈ ਅੰਦਰ ਸਭ ਕੋ ਹੈ ਸਗਲ ਮੈਂ ਆਪ ਅਨੇਕ ਜੁਗਤੀ ਰਚੀ ਥਾਪ ਉਤਾ
ਅਨੇਕ ਅਨੇਕਾਂ ਪ੍ਰਕਾਰ ਦੀਆਂ ਜੋੜੀਆਂ ਨੇ ਜੁਕਤੀਆਂ ਨਾਲ ਰਚੀਆਂ। ਕੋਈ ਜੀਵ ਕਿਹਾ ਜਾ, ਕੋਈ ਕਿਹਾ ਜਾ, ਨਿੱਕੀ ਕੀੜੀ ਮੈਂ ਕਰ ਰੱਖ ਕਿੰਨੀ ਬਰੀਕ ਕੀੜੀਆਂ ਚ ਕਲਾ ਮਸ਼ੀਨਰੀ ਹੁੰਦੀ ਹੈ ਸਾਰੀ ਪੂਰੀ ਮਸ਼ੀਨਰੀ, ਕੋਈ ਕਹੇ ਜੀ ਬਣਾਈ ਹੈ, ਕੋਈ ਕਹੇ ਜੀ ਬਣਾਈ ਹੈ, ਸਰੀਰ ਕਹਿੰਦਾ ਕਿਹਾ ਜਾ, ਕਹਿੰਦਾ ਕਿਹਾ ਜਾ, ਖੁਰਾਕ ਕਹਿੰਦੀ ਕੁਛ ਹੈ, ਕਹਿੰਦੀ ਕੁਛ ਹੈ, ਪਰ ਆਪ ਸਾਰਿਆਂ ਚ ਹੁਕਮ ਸਾਰਿਆਂ ਚ, ਜੀਵ ਵੀ ਸਾਰਿਆਂ ਚ, ਹੁਕਮ ਵੀ ਸਾਰਿਆਂ ਚ। ਹਾਂਜੀ, ਅਵਿਨਾਸ਼ੀ ਨਾਹੀਂ ਕੁਛ ਖੰਡ ਧਾਰਨ ਧਾਰ ਰਿਹਾ ਬ੍ਰਹਿਮੰਡ ਬ੍ਰਹਮੰਡ ਅਵਿਨਾਸ਼ੀ ਕੰਪਲੀਟ ਹੋ ਗਈ, ਜੀਵ ਵੀ ਹੈ ਹੁਕਮ ਵੀ ਹੈ, ਹੁਕਮ ਹੁਕਮ ਕਿਹਦੇ ਵਾਸਤੇ, ਜੀਵ ਵਾਸਤੇ, ਜੀਵ ਵਾਸਤੇ ਹੀ ਹੈ, ਦੋ ਇਕੱਠੇ ਹੀ ਨੇ। ਅਵਿਨਾਸ਼ੀ ਨਾਹੀਂ ਕੁਛ ਖੰਡ ਧਾਰਨ ਧਾਰ ਰਿਹਾ ਬ੍ਰਹਮੰਡ ਅਵਿਨਾਸ਼ੀ ਨਾਹੀਂ ਕੁਛ ਖੰਡ, ਇਹ ਅਵਿਨਾਸ਼ੀ ਹੈ, ਕੋਈ ਇਹਦਾ ਟੁਕੜਾ ਨਹੀਂ ਹੈਗਾ, ਟੁਕੜਾ ਨਹੀਂ ਹੈ ਕੋਈ ਦਾਲ ਜਾ, ਆਪਾਂ ਕਹਿੰਦੇ ਹਾਂ ਅਵਿਨਾਸ਼ੀ ਦਾ ਟੁਕੜਾ ਹੋ ਨਹੀਂ ਸਕਦਾ, ਜਦ ਜੀਵ ਕੱਟਿਆ ਨਹੀਂ ਜਾ ਸਕਦਾ ਤੋ ਟੁਕੜੇ ਨਹੀਂ ਹੋ ਸਕਦਾ, ਨਾ ਹੀ ਕੁਛ ਖੰਡ, ਕੋਈ ਟੁਕੜਾ ਨਹੀਂ ਆਇਆ ਇਹਦਾ, ਤਾਣ ਤਾਲ ਰਹੇ ਬ੍ਰਹਮੰਡ 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 ਦੇ ਵਿੱਚ ਇਹਨੇ ਬ੍ਰਹਮੰਡ ਧਾਰਨ ਕੀਤਾ ਹੋਇਆ, ਬ੍ਰਹਮ ਨੇ ਅੰਡ ਰੂਪ ਧਾਰਨ ਕੀਤਾ ਹੋਇਆ, ਉਹਦਾ ਭਰਮ ਹੈ ਬਾਹਰ ਥੋੜਾ ਜਿਹਾ, ਭਰਮ ਦੀ ਲਕੀਰ ਹੈ, ਉਹਨੇ ਹਿੱਸੇ ਨੂੰ ਅਸੀਂ ਦਾਲ ਕਹਿ ਦਿੰਦੇ ਹਾਂ, ਟੁਕੜਾ ਅਲੱਗ ਕਹਿ ਦਿੰਦੇ ਹਾਂ, ਕੁਛ ਹਿੱਸੇ ਦੇ ਵਿੱਚ ਹਨੇਰਾ ਹੈ, ਚਾਨਣ ਹੈ ਨਹੀਂ, ਉਹ ਜਿਹੜਾ ਹਿੱਸਾ ਹਨੇਰਾ ਹੈ ਉਹਨੂੰ ਅਸੀਂ ਦਾਲ ਕਹਿ ਦਿੰਦੇ ਹਾਂ, ਦਾਲ ਨਹੀਂ ਹੈਗਾ, ਨਾਲੇ ਜੁੜਿਆ ਹੋਇਆ ਉਹ ਬਾਹਰਲੇ ਪਾਸੇ ਉਹਦੇ ਉਹ ਹੈ, ਬਾਹਰਲੇ ਪਾਸੇ ਹੀ ਨਹੀਂ ਰਹਿ, ਬਾਹਰੋਂ ਮਾਇਆ ਨਾਲ ਜੁੜਿਆ ਹੋਇਆ, ਬਾਹਰੋਂ ਹੀ ਮਾਇਆ ਨਾਲ ਜੁੜਿਆ, ਬਾਹਰੇ ਪਰਮ ਹੈ, ਬਾਹਰਲੇ ਪਾਸੇ ਹੀ ਮਾਇਆ। ਅਲੱਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾ, ਅਲੱਖ ਅਭੇਵ ਪੁਰਖ ਪ੍ਰਤਾਪ, ਪੁਰਖ ਪ੍ਰਤਾਪ ਇਹ ਅਲੱਖ ਹੈ, ਅੱਖਾਂ ਨੂੰ ਨਹੀਂ ਦੀਦਾ, ਅਭੇਵ ਹੈ, ਕੋਈ ਇਹ ਚ ਭੇਦਭਾਵ ਨਹੀਂ ਕਰ ਸਕਦੇ, ਊਚ ਨੀਚ ਨਹੀਂ ਮੰਨ ਸਕਦੇ ਇਹਨੂੰ, ਕੋਈ ਜਾਤੀ ਮਤਲਬ ਹੈ ਜਿਵੇਂ ਵਰਣ ਬਣਾ ਤੇ ਚਾਰ, ਭੇਦਭਾਵ ਨਹੀਂ ਕਰ ਸਕਦੇ, ਅਭੇਵ ਪੁਰਖ ਪ੍ਰਤਾਪ, ਪੁਰਖ ਹੈ ਪ੍ਰਤਾਪ ਰੂਪ ਹੀ ਹੈ, ਪ੍ਰਤਾਪ ਹੈ ਤੇਜ ਜਿਹਨੂੰ ਕਹਿੰਦੇ ਖਿੰਚ ਤੇਜ, ਜਬ ਤੇਜ ਹੈ ਇਹ ਜੋਤ ਹੈ, ਤੇਜ ਹੈ ਉਹੀ ਪੁਰਖ ਹੈ, ਉਹੀ ਪ੍ਰਤਾਪ ਨੂੰ ਪੁਰਖ ਕਹਿੰਦੇ ਹਾਂ, ਜਿਵੇਂ ਪੁਰਖ ਦਾ ਪ੍ਰਤਾਪ ਹੁੰਦਾ ਉਹੀ ਚੀਜ਼ ਹੈ, ਉਸ ਚੀਜ਼ ਆਦਮੀਆਂ ਦਾ ਪ੍ਰਤਾਪ ਨਹੀਂ ਕਹਿੰਦਾ, ਉਹਦਾ ਪ੍ਰਤਾਪ ਨਹੀਂ ਚੱਲ ਹੁੰਦਾ, ਅਸਲ ਜੋਤ ਹੀ ਜੋਤ ਨਹੀਂ ਚੱਲ ਹੁੰਦੀ। ਹਾਂ